हाँ जी, ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਦੋਸਤੋ, ਸਵਾਗਤ ਕਰਦੇ ਹਾਂ ਤੁਹਾਡੇ ਸਾਰਿਆਂ ਦਾ ਸਾਡੇ YouTube ਚੈਨਲ ਦੀਪ ਜੌਬ ਪੋਰਟਲ ਤੇ। ਸੋ ਮੇਰੇ ਪਿਆਰੇ ਦੋਸਤੋ, ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪੰਜਾਬ ਜੇਲ੍ਹ ਵਾਰਡਰ ਅਤੇ ਮੈਟਰਨ ਦਾ ਜਿਹੜਾ ਰਿਜ਼ਲਟ ਆਊਟ ਹੋਇਆ ਹੋਇਆ, ਠੀਕ ਹੈ, ਤੇ ਉਹਦੇ ਵਿੱਚ ਇਹਨਾਂ ਨੇ 126 ਪੇਜਾਂ ਦੀ ਜਿਹੜੀ ਇੱਕ ਲਿਸਟ ਪਾਈ ਹੋਈ ਹੈ PDF, ਠੀਕ ਹੈ। ਇਹਦੇ ਵਿੱਚ ਇਹ ਜਿਹੜਾ ਰਿਜ਼ਲਟ ਦੇਖਣਾ ਥੋੜ੍ਹਾ ਜਿਹਾ ਮੁਸ਼ਕਿਲ ਹੋ ਰਿਹਾ, ਅਤੇ ਇਹਨੂੰ ਅਸੀਂ ਨੇ ਐਕਸਲ ਵਿੱਚ ਕਨਵਰਟ ਕੀਤਾ ਅਤੇ ਸਾਰਾ ਆਈਡੀਆ ਲਾਇਆ ਅਤੇ ਵੀ ਕਿਹੜੇ ਕਿਹੜੇ ਬੱਚੇ ਜਰਨਲ ਦੇ, SC ਦੇ, BC ਦੇ, OBC ਦੇ, MNB ਦੇ, ਸਾਰਿਆਂ ਦੇ, ਠੀਕ ਹੈ। ਆਪਾਂ ਨੇ ਤੁਹਾਨੂੰ ਇਸ ਵੀਡੀਓ 'ਚ ਦੱਸਾਂਗੇ ਕਿ ਕਿਹੜੀ ਕੈਟਾਗਰੀ ਵਿੱਚੋਂ ਕਿੰਨੇ ਵਾਲਾ ਜਿਹੜਾ ਪਾਸ ਹੋਊਗਾ, ਠੀਕ ਹੈ। ਸੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ। ਇਸ ਤੋਂ ਪਹਿਲਾਂ ਇੱਕ ਮੈਂ ਸਵੇਰੇ ਵੀਡੀਓ ਪੋਸਟ ਕੀਤੀ ਸੀ ਜਿਹਦੇ ਵਿੱਚ ਮੈਂ ਬੱਚਿਆਂ ਨੂੰ ਕਿਹਾ ਸੀਗਾ ਕਿ ਵੀਡੀਓ ਦੇ ਉੱਪਰ ਕਮੈਂਟ ਕਰੋ ਤਾਂ ਆਪਣੇ ਸਕੋਰ ਕਮੈਂਟ ਕਰੋ ਤਾਂ ਕਿ ਜਿਹੜੀ ਕੱਟ ਆਫ ਦਾ ਪਤਾ ਲੱਗ ਸਕੇ। ਸੋ ਦੋਸਤੋ, ਇੱਕ ਐਸਟੀਮੇਟ ਜਿਹਾ ਲਗਾਇਆ, ਠੀਕ ਹੈ, ਸਾਰਾ ਕੁਝ ਕਾਊਂਟ ਕੀਤਾ, ਉਸ ਤੋਂ ਬਾਅਦ ਇਸ ਤੁਹਾਡੇ ਸਾਹਮਣੇ ਹੁਣ, ਠੀਕ ਹੈ। ਜਰਨਲ ਵਿੱਚ ਜਿਹੜੇ ਕੈਂਡੀਡੇਟਸ ਨੇ ਕਲੀਅਰ ਕੀਤਾ, ਜਿਵੇਂ ਹੁਣ ਤੁਸੀਂ ਆਹ ਦੇਖਿਆ, ਠੀਕ ਹੈ, ਜਿਵੇਂ ਹੁਣ ਜਰਨਲ ਆ, ਜਿਵੇਂ ਆਹ ਜਰਨਲ ਆ, ਠੀਕ ਹੈ, ਇਹ ਕੁਆਲੀਫਾਈਡ ਆ, ਇਹ ਸਾਰੇ ਕੁਆਲੀਫਾਈਡ ਵਾਲੇ ਕਾਊਂਟ ਕੀਤੇ ਹੋਏ ਨੇ ਆਪਾਂ ਨੇ, ਠੀਕ ਹੈ। ਇਹਦੇ ਵਿੱਚੋਂ 1033 ਜਿਹੜੇ ਬੱਚੇ ਨੇ ਉਹਨਾਂ ਨੇ ਕਾਊਂਟ ਕੀ ਆਪਣਾ ਉਹਨਾਂ ਨੇ ਕੁਆਲੀਫਾਈ ਕੀਤਾ, ਅਤੇ ਪੋਸਟਾਂ ਕਿੰਨੀਆਂ ਸੀਗੀਆਂ ਇਹਦੀਆਂ, 352 ਪੋਸਟਾਂ ਸੀਗੀਆਂ ਜਰਨਲ ਦੀਆਂ। ਬੋਇਜ਼ ਦੀ ਗੱਲ ਕਰ ਰਹੇ ਹਾਂ ਆਪਾਂ ਇਹ। ਅਤੇ ਉਸ ਤੋਂ ਬਾਅਦ ਇਕੋਨੋਮਿਕਲੀ ਵੀਕਰ ਸੈਕਸ਼ਨ ਵਾਲਿਆਂ ਨੇ 210 ਬੱਚਿਆਂ ਨੇ ਜਿਹੜਾ ਨੇ ਕੁਆਲੀਫਾਈ ਕੀਤਾ, ਉਹਦੇ ਵਿੱਚੋਂ 82 ਸੀਟ ਸੀਗੀਆਂ। ਅਤੇ BC ਕੈਟਾਗਰੀ ਵਿੱਚੋਂ 201 ਨੇ ਕੁਆਲੀ ਆਪਣਾ ਕੈਂਡੀਡੇਟਸ ਨੇ ਕੁਆਲੀਫਾਈ ਕੀਤਾ, ਜਿਹਦੇ ਵਿੱਚੋਂ 80 ਜਿਹੜੀਆਂ ਸੀਟਸ ਨੇ, ਠੀਕ ਹੈ। ਅਤੇ ਅੱਗੇ SC MNB ਦੀ ਗੱਲ ਕਰੀਏ, 195 ਪੋਸਟਾਂ 195 ਬੱਚਿਆਂ ਨੇ ਕੁਆਲੀਫਾਈ ਕੀਤਾ, ਜਦਕਿ 82 ਜਿਹੜੀਆਂ ਪੋਸਟਾਂ ਸੀਗੀਆਂ। SC RO ਵਾਲੇ 186 ਬੱਚਿਆਂ ਨੇ ਕਲੀਅਰ ਕੀਤਾ, ਜਦਕਿ 81 ਪੋਸਟਾਂ ਸੀ। ਇਸੇ ਤਰ੍ਹਾਂ ਤੁਸੀਂ ਦੇਖ ਸਕਦੇ ਹੋ, ਆਪੋ ਆਪਣੀ ਤੁਸੀਂ ਕੈਟਾਗਰੀ ਦਾ ਦੇਖ ਸਕਦੇ ਹੋ। ਅਤੇ ESM SC RO ਸੈਲਫ ਐਂਡ ESM SC RO ਆਪਣਾ ਡਿਪੈਂਡੈਂਟ ਵਿੱਚੋਂ 17 ਬੱਚਿਆਂ ਨੇ ਜਿਹੜਾ ਕੁਆਲੀਫਾਈ ਕੀਤਾ, ਜਿਹਦੇ ਵਿੱਚੋਂ 16 ਪੋਸਟਾਂ ਸੀਗੀਆਂ। ESM SC MNB ਵਿੱਚੋਂ ਦੋਸਤੋ 10 ਬੱਚਿਆਂ ਨੇ ਹੀ ਆਪਣਾ ਜਿਹੜਾ ਕੁਆਲੀਫਾਈ ਕੀਤਾ, ਜਿਹਦੇ ਵਿੱਚੋਂ 16 ਪੋਸਟਾਂ ਨੇ, ਮਤਲਬ ਇਹ ਤਾਂ ਪੂਰੇ ਸਿਲੈਕਟ ਹੋ ਹੀ ਗਏ ਹੁਣ, ਠੀਕ ਹੈ। ਫਰੀਡਮ ਫਾਈਟਰ ਸੀਗੇ, ਉਹਦੇ ਵਿੱਚੋਂ 8 ਪੋਸਟਾਂ ਸੀਗੀਆਂ, ਠੀਕ ਹੈ। 7 ਜਣਿਆਂ ਨੇ ਕੁਆਲੀਫਾਈ ਕੀਤਾ, ਮਤਲਬ 1 ਸੀਟ ਜਿਹੜੀ ਬਚ ਗਈ ਉਹ, ਠੀਕ ਹੈ। ਸਪੋਰਟਸ ਜਰਨਲ ਵਿੱਚੋਂ 32 ਜਣਿਆਂ ਨੇ ਕੁਆਲੀਫਾਈ ਕੀਤਾ, 16 ਪੋਸਟਾਂ ਨੇ, ਠੀਕ ਹੈ। ਅਤੇ SC RO ਵਿੱਚੋਂ 1 ਜਣਿਆਂ ਨੇ ਕੁਆਲੀਫਾਈ ਕੀਤਾ ਸਪੋਰਟਸ SC RO 'ਚੋਂ, ਅਤੇ 4 ਪੋਸਟਾਂ ਸੀਗੀਆਂ, ਠੀਕ ਹੈ। ਇਹ ਤਾਂ ਬੰਦਾ ਸਿਲੈਕਟਡ ਆ, ਠੀਕ ਹੈ। ਉਸ ਤੋਂ ਬਾਅਦ ਸਪੋਰਟਸ SC MNB 'ਚੋਂ ਕਿਸੇ ਨੇ ਵੀ ਕੁਆਲੀਫਾਈ ਨਹੀਂ ਕੀਤਾ, ਜਦਕਿ 4 ਪੋਸਟਾਂ ਜਿਹੜੀਆਂ ਉਹ ਖਾਲੀ ਪਈਆਂ ਨੇ, ਠੀਕ ਹੈ, ਤੁਹਾਡੇ ਸਾਹਮਣੇ ਇਹ। ਅਤੇ ਦੋਸਤੋ, ਇਹਦੇ ਵਿੱਚ ਹੁਣ ਕੀ ਕਰ ਸਕਦਾ, ਇਹਦੇ ਵਿੱਚ ਹੁਣ ਜਿਵੇਂ ਹੁਣ ਲਿਸਟ ਸੀਗੀ, ਲਿਸਟ ਦੇ ਵਿੱਚੋਂ ਇੱਕ ਹੋਰ ਲਿਸਟ ਮੈਂ ਆਪਣੇ ਟੈਲੀਗ੍ਰਾਮ ਚੈਨਲ ਦੇ ਉੱਪਰ ਪਾਈ ਹੋਈ ਹੈ, ਤੁਸੀਂ ਟੈਲੀਗ੍ਰਾਮ 'ਤੇ ਚੈੱਕ ਕਰ ਸਕਦੇ ਹੋ। ਉਹਦੇ ਵਿੱਚ ਕੀ ਹੈ, ਜਿਵੇਂ ਹੁਣ ਇਹ ਵੈਸੇ ਓਫੀਸ਼ੀਅਲ ਕੱਟ ਆਫ ਆਊਗੀ, ਨੋਰਮਲਾਈਜੇਸ਼ਨ ਜੀ ਹੋਊਗੀ ਹਜੇ, ਠੀਕ ਹੈ। ਇਹਦੇ ਵਿੱਚ ਕੀ ਹੋਊਗਾ, ਇੱਦਾਂ ਨਹੀਂ ਹੁੰਦਾ ਵੀ ਮਤਲਬ ਜਿਹੜਾ ਜਿਹੜਾ ਬੱਚਾ ਜਿਵੇਂ ਹੁਣ ਇੱਥੋਂ 61 ਤੋਂ ਚੱਲ ਪਿਆ ਆਪਣਾ, ਸੋਰੀ 112 ਤੋਂ ਚੱਲ ਪਿਆ, 112 ਤੋਂ ਤੁਸੀਂ 61 ਦੇਖਣ ਲੱਗ ਜਾਓ, ਇੱਦਾਂ ਨਹੀਂ ਹੁੰਦਾ ਹੈਗਾ। ਹਜੇ ਨੋਰਮਲਾਈਜੇਸ਼ਨ ਪ੍ਰੋਸੈਸ ਨਾਲ ਹਜੇ ਪੂਰੀ ਮੈਰਿਟ ਲਿਸਟ ਆਊਗੀ, ਠੀਕ ਹੈ, ਸਾਰਾ ਕੁਛ ਮੈਰਿਟ ਲਿਸਟ ਤੋਂ ਬਾਅਦ, ਉਦੋਂ ਬਾਅਦ 'ਚ ਮੈਰਿਟ ਲਿਸਟ ਤੋਂ ਬਾਅਦ ਫਿਰ ਡਾਕੂਮੈਂਟ ਵੈਰੀਫਿਕੇਸ਼ਨ ਹੋਣੀ ਆ, ਠੀਕ ਹੈ, ਸਾਰਾ ਕੁਝ ਹੋਊਗਾ। ਬਾਕੀ ਤੁਸੀਂ ਆਪਣੇ ਸਕੋਰ ਕਮੈਂਟ ਕਰੋ ਇਹਦੇ ਵਿੱਚ ਤਾਂ ਕਿ ਜਿਹੜੀ ਆ ਕੱਟ ਆਫ ਦਾ ਪਤਾ ਲੱਗ ਸਕੇ, ਕਿਉਂਕਿ ਪਹਿਲਾਂ ਵਾਲੀ ਵੀਡੀਓ ਵਿੱਚ ਬਹੁਤ ਘੱਟ ਬੱਚਿਆਂ ਦੇ ਮੈਨੂੰ ਕਮੈਂਟ ਆਏ ਨੇ, ਠੀਕ ਹੈ, ਇਹ ਤੁਹਾਡੇ ਕਮੈਂਟਾਂ ਦਾ ਇੰਤਜ਼ਾਰ ਰਹੂਗਾ। ਅਤੇ ਬਾਕੀ ਦੋਸਤੋ, ਟੈਲੀਗ੍ਰਾਮ ਚੈਨਲ 'ਤੇ ਵੱਧੋ ਵੱਧ ਜੁੜੋ, ਅਤੇ ਇੰਸਟਾਗ੍ਰਾਮ 'ਤੇ ਵੀ ਵੱਧੋ ਵੱਧ ਜੁੜੋ, ਕਿਉਂਕਿ ਮੈਂ ਲੇਟੈਸਟ ਅਪਡੇਟਸ ਹੁੰਦੇ ਨੇ, ਜਿਹੜੇ ਛੋਟੇ ਛੋਟੇ ਅਪਡੇਟਸ ਜਿਨ੍ਹਾਂ 'ਤੇ ਮੈਨੂੰ ਲੱਗਦੇ ਨੇ ਹੁੰਦਾ ਵੀਡੀਓ ਬਣਾਉਣ ਦੀ ਲੋੜ ਆ, ਜਿਹੜੇ ਜਸਟ ਸ਼ੇਅਰ ਕੀਤੇ ਜਾਂਦੇ ਨੇ, ਉਹ ਮੈਂ ਟੈਲੀਗ੍ਰਾਮ 'ਤੇ ਜਾਂ ਇੰਸਟਾਗ੍ਰਾਮ ਦੇ ਉੱਪਰ ਮੈਂ ਸ਼ੇਅਰ ਕਰ ਦਿੰਦਾ ਹੁੰਦਾ। ਸੋ ਉਹਨਾਂ ਨੂੰ ਵੱਧੋ ਵੱਧ ਫੋਲੋ ਕਰੋ, ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ। ਬਾਕੀ ਦੋਸਤੋ, ਕਿਸੇ ਦੀ ਕੁਐਰੀਜ਼ ਹੁੰਦੀਆਂ ਨੇ ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਕਰਕੇ, ਮੈਨੂੰ ਮੈਸੇਜ ਕਰਕੇ ਤੁਸੀਂ ਪੁੱਛ ਸਕਦੇ ਹੋ, ਠੀਕ ਹੈ। ਸੋ ਮਿਲਾਂਗੇ ਦੋਸਤੋ ਨੈਕਸਟ ਵੀਡੀਓ ਵਿੱਚ, ਤਦ ਤੱਕ ਲਈ ਸਭ ਤੋਂ, ਅਤੇ ਨਾਲੇ ਸਾਰੇ ਉਹਨਾਂ ਨੂੰ ਕੰਗ੍ਰੈਚੁਲੇਸ਼ਨ, ਜਿਹੜੇ ਜਿਹੜੇ ਬੱਚਿਆਂ ਦੀ ਸਿਲੈਕਸ਼ਨ ਹੋ ਗਈ ਹੈ, ਜਿਹੜੇ ਬੱਚੇ ਕੁਆਲੀਫਾਈਡ ਹੋ ਗਏ ਨੇ, ਠੀਕ ਹੈ। ਸੋ ਬੈਸਟ ਆਫ ਲੱਕ ਨੈਕਸਟ ਸਟੈਪ ਲਈ, ਜਿਹੜੀ ਡਾਕੂਮੈਂਟ ਵੈਰੀਫਿਕੇਸ਼ਨ ਹੋਣੀ ਆ, ਅਤੇ ਡਾਕੂਮੈਂਟ ਵੈਰੀਫਿਕੇਸ਼ਨ 'ਤੇ ਵੀ ਇੱਕ ਵੀਡੀਓ ਜਿਹੜੀ ਆ ਜ਼ਰੂਰ ਲੈ ਕੇ ਆਵਾਂਗੇ ਤੁਹਾਡੇ ਸਾਰਿਆਂ ਲਈ, ਠੀਕ ਹੈ, ਜਿਹਦੇ ਵਿੱਚ ਤੁਹਾਨੂੰ ਦੱਸਾਂਗੇ ਕਿਹੜੀ ਕਿਹੜੇ ਡਾਕੂਮੈਂਟ ਤੁਹਾਨੂੰ ਲੋੜ ਹੈ, ਠੀਕ ਹੈ। ਸੋ ਜਲਦੀ ਤੋਂ ਜਲਦੀ ਆਪਣੇ ਡਾਕੂਮੈਂਟ ਦਰੁਸਤ ਕਰਵਾ ਲਓ ਤਾਂ ਕਿ ਜਿਹੜੀ ਤੁਹਾਡੀ ਅਗਲੀ ਪ੍ਰੋਸੈਸ ਆ ਉਹਦੇ ਵਿੱਚ ਤੁਹਾਡਾ ਵਿਘਨ ਨਾ ਪਵੇ, ਠੀਕ ਹੈ। ਸੋ ਮੇਰੇ ਵੱਲੋਂ ਸਾਰਿਆਂ ਨੂੰ ਬੈਸਟ ਆਫ ਲੱਕ, ਮਿਲਾਂਗੇ ਨੈਕਸਟ ਵੀਡੀਓ ਵਿੱਚ, ਤਦ ਤੱਕ ਲਈ ਦੋ ਜਸ, ਧੰਨਵਾਦ ਜੀ।